ਤਰਨਤਾਰਨ ਦੇ ਪਿੰਡ ਕੋਟਬੁੱਢਾ 'ਚ ਪੁਲਿਸ ਦੀ ਐਸਟੀਐਫ ਟੀਮ ਅਤੇ ਨਸ਼ਾ ਤਸਕਰਾਂ ਵਿਚਕਾਰ ਉਸ ਵੇਲੇ ਫਾਇਰਿੰਗ ਹੋ ਗਈ ਜਦੋਂ ਨਾਕੇ ਦੌਰਾਨ ਐਸਟੀਐਫ ਵੱਲੋਂ ਤਸਕਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ। ਇਸ ਫਾਇਰਿੰਗ ਦੌਰਾਨ ਦੋ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਥਾਨਕ ਹਸਪਤਾਲ ਦਾਖਲ ਕਰਵਾਇਆ ਗਿਆ। ਫਾਇਰਿੰਗ ਦੌਰਾਨ 5 ਨਸ਼ਾ ਤਸਕਰ ਫਰਾਰ ਹੋਣ 'ਚ ਸਫਲ ਰਹੇ ਜਦਕਿ 1 ਤਸਕਰ ਪੁਲਿਸ ਨੇ ਕਾਬੂ ਕਰ ਲਿਆ। ਫੜੇ ਗਏ ਤਸਕਰਾਂ ਪਾਸੋਂ 1 ਗੱਡੀ, 1 ਪਿਸਤੌਲ, 10 ਜ਼ਿੰਦਾ ਰੌਂਦ, 500 ਗ੍ਰਾਮ ਹੈਰੋਇਨ ਅਤੇ 35 ਲੱਖ ਦੇ ਕਰੀਬ ਨਕਦੀ ਬਰਾਮਦ ਹੋਈ ਹੈ। ਕਾਬੂ ਕੀਤੇ ਦੋਸ਼ੀ ਦੀ ਪਹਿਚਾਣ ਜੋਗਿੰਦਰ ਸਿੰਘ ਉਰਫ ਸੰਮੀ ਵਜੋਂ ਹੋਈ ਹੈ, ਜੋ ਕਿ ਪਹਿਲਾਂ ਹੀ ਹੈਰੋਇਨ ਦੀ ਤਸਕਰੀ ਦੇ ਕੇਸ 'ਚ ਜ਼ਮਾਨਤ ਤੇ ਆਇਆ ਹੋਇਆ ਸੀ। ਫਿਲਹਾਲ ਪੁਲਿਸ ਵੱਲੋਂ ਦੋਸ਼ੀ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਕੱਲ ਸਾਡੇ ਏਡੀਜੀਪੀ ਸਾਹਿਬ ਹਰਪ੍ਰੀਤ ਸਿੱਧੂ ਦੀਆਂ ਹਦਾਇਤਾਂ ਤੇ AIG ਬਾਰਡਰ ਰੇਂਜ ਐਸਟੀਐਫ ਸ਼੍ਰੀ ਸ਼ਪਾਲ ਸਿੰਘ ਦੇ ਦਿਸ਼ਾ ਨਿਰਦੇਸ਼ ਤੇ ਅਸੀਂ ਕੋਟਬੁੱਢੇ ਨਾਕਾ ਲਾਇਆ ਸੀ, ਜਿਸ 'ਚ ਇੰਸਪੈਕਟਰ ਅਰੁਣ ਕੁਮਾਰ DSP ਦਵਿੰਦਰ ਸਿੰਘ ਦੀ ਅਗਵਾਈ ਚੈਕਿੰਗ ਕਰ ਰਹੇ ਸੀ। ਇਨਫੋਰਮੇਸ਼ਨ ਇਹ ਹੈ ਜਿਹੜਾ ਜੋਗਿੰਦਰ ਸਿੰਘ ਆ ਇਹਦੇ ਨਾਲ 5-6 ਸਮਗਲਰ ਪੁਰਾਣੇ ਆ, ਇਹ ਵੀ ਜੇਲ੍ਹ 'ਚੋਂ ਰਿਹਾ ਹੋਇਆ ਹੈ। ਇਧਰ ਹੀਰੋ ਨੇ ਸਪਲਾਈ ਕਰਦਾ ਜੀ ਅਤੇ ਡਸਟਰ ਗੱਡੀ 'ਤੇ ਆਉਣਾ, ਜਦੋਂ ਅਸੀਂ ਇਹਨੂੰ ਰੋਕਿਆ ਡਸਟਰ ਗੱਡੀ 'ਤੇ ਆਉਂਦੇ ਨੂੰ ਇਹਨੇ ਸਿੱਧਾ ਹੀ ਉੱਥੇ ਸਾਡੇ ਮਾਰ ਦਿੰਦੀ, ਜਿਹਦੇ ਪੁਲਿਸ ਨੇ ਫਾਇਰਿੰਗ ਕਰਤੀ ਅਤੇ ਅਸੀਂ ਆਪਣੀ ਬਚਾਓ ਲਈ ਵੀ ਫਾਇਰਿੰਗ ਕੀਤੀ। ਕੋਈ ਅੱਧੇ ਘੰਟੇ ਤੋਂ ਬਾਅਦ ਜਿਹੜਾ ਵੱਧ ਕਾਫੀ ਕਸ਼ਮਸ਼ ਤੋਂ ਬਾਅਦ ਇਹਨੂੰ ਜਿਹੜਾ ਅਸੀਂ ਗ੍ਰਿਫਤਾਰ ਕਰ ਲਿਆ, ਜਿਹਦੇ ਕੋਲ ਅਸੀਂ 30 ਬੋਰ ਦਾ ਪਿਸਟਲ ਜਿਹੜਾ ਇਹਨਾਂ ਪਾਕਿਸਤਾਨ ਤੋਂ ਇਹਦਾ ਮੰਗਵਾਇਆ ਸੀ ਉਹ ਬਰਾਮਦ ਕੀਤਾ, 1/2 ਕਿਲੋ ਹੀਰੋਨ ਬਰਾਮਦ ਕੀਤੀ ਆ। ਤਲਾਸ਼ੀ ਜਦੋਂ ਲਈ ਇਹਦੇ ਕੋਲ 34,87,000 ਦੀ ਇੰਡੀਅਨ ਕਰੰਸੀ ਜਿਹੜੀ ਬਰਾਮਦ ਕੀਤੀ। ਇਹਨਾਂ ਨੂੰ ਅੱਜ ਅਸੀਂ ਆਪਣਾ ਪੇਸ਼ ਕੀਤਾ ਪੱਟੀ ਅਦਾਲਤ 'ਚ, ਮੰਗਲਵਾਰ ਤੱਕ ਮੰਨ ਲਿਆ, ਇਹਦੇ ਜਿੰਨੇ ਦੂਜੇ ਸਾਥੀ ਹੋ ਰਹੇ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ। ਬਾਕੀ ਹੋਰ ਵੀ ਜਿਹੜੀ ਜਿਹੜੀ ਹੀਰੋਨ ਇਹ ਜਿੱਥੋਂ ਇਹ ਹੀਰੋਨ ਦੇ ਕੇ ਆ ਜਿਹੜੇ ਪੈਸੇ ਫੜੇ ਉਹਨਾਂ ਬਾਰੇ ਸਾਰੇ ਵੈਰੀਫਾਈ ਕਰਾਂਗੇ। ਤਰਨਤਾਰਨ ਤੋਂ ਬਿਊਰੋ ਰਿਪੋਰਟ, ਖਬਰ ਹਰਪਲ ਇੰਡੀਆ ਦੀ।